ਵਾਹਿਗੁਰੂ ਜੀ, ਜਿਵੇਂ ਕੋਰੋਨਾ ਵਾਇਰਸ ਦੀ ਹਵਾ ਚੱਲੀ ਸੀ ਤੇ ਡਟੋਲ ਸਾਬਣ ਲੱਭਣੇ ਔਖੇ ਹੋ ਗਏ ਸੀ, ਇਸੇ ਤਰ੍ਹਾਂ ਹੀ ਹੁਣ ਅੰਮ੍ਰਿਤ ਛਕਣ ਦੀ ਹਵਾ ਚੱਲਣੀ ਤੇ ਕਕਾਰ ਲੱਭਣੇ ਔਖੇ ਹੋ ਜਾਣੇ। ਵਾਹਿਗੁਰੂ ਜੀ, ਭਾਰਤ ਦੀਆਂ ਜਿੰਨੀਆਂ ਵੀ ਫੌਜੀ ਰੈਜੀਮੈਂਟਸ ਨੇ ਗਣਤੰਤਰ ਦਿਵਸ ਵਾਲੇ ਦਿਨ ਇੱਕ ਵਾਰੀ ਸਲੂਟ ਮਾਰਦੀਆਂ ਹਨ। ਇੱਕ ਸਿੱਖ ਰੈਜੀਮੈਂਟ ਹੈ ਜਿਹੜੀ ਗਣਤੰਤਰ ਦਿਵਸ ਵਾਲੇ ਦਿਨ ਦੋ ਵਾਰੀ ਸਲੂਟ ਮਾਰਦੀ ਹੈ। ਪਹਿਲਾ ਸਲੂਟ ਸਿੱਖ ਰੈਜੀਮੈਂਟ ਮਾਰਦੀ ਹੈ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਗੁਰਦੁਆਰਾ ਸੀਸਗੰਜ ਸਾਹਿਬ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ ਕਰਦੀ ਹੈ ਅਤੇ ਦੂਸਰਾ ਬਾਅਦ ਵਿੱਚ ਰਾਸ਼ਟਰਪਤੀ ਨੂੰ ਸਲੂਟ ਮਾਰਦੇ ਹਨ। ਵਾਹਿਗੁਰੂ ਜੀ, ਅੰਮ੍ਰਿਤ ਛੱਕ ਕੇ ਇਨਸਾਨ ਦਾ ਦੂਹਰਾ ਜਨਮ ਹੋ ਜਾਂਦਾ ਹੈ ਅਤੇ ਪਹਿਲੇ ਜਨਮ ਵਿੱਚ ਕੀਤੇ ਜਿਹੜੇ ਔਗੁਣ ਆ ਉਹ ਪਰਮਾਤਮਾ ਬਖਸ਼ ਦਿੰਦਾ ਹੈ, ਪਰ ਇਹ ਦੁਨੀਆ ਉਸ ਇਨਸਾਨ ਦੇ ਅੰਮ੍ਰਿਤ ਛਕਣ ਤੋਂ ਪਹਿਲਾਂ ਵਾਲੇ ਜਨਮ ਵਿੱਚ ਕੀਤੇ ਹੋਏ ਔਗੁਣਾਂ ਨੂੰ ਨਹੀਂ ਭੁੱਲਦੀ, ਉਸ ਨੂੰ ਚਿਤਾਰਦੀ ਰਹਿੰਦੀ ਹੈ। ਸੋਚੋ, ਜੇਕਰ ਇਸ ਦੁਨੀਆ ਨੂੰ ਮਨੁੱਖ ਦੇ ਹਰ ਮਨੁੱਖ ਦੇ ਜਨਮ ਜਨਮਾਂਤਰਾਂ ਦਾ ਪਤਾ ਹੋਵੇ ਤਾਂ ਕੀ ਹੋਵੇ। ਵਾਹਿਗੁਰੂ ਜੀ, ਇੱਕ ਸੱਚੇ ਸਿੰਘ ਨੂੰ ਹਮੇਸ਼ਾ ਲੜਾਈ ਕਰਨੀ ਆਈ ਆ। ਪਹਿਲਾਂ ਉਹ ਸਮਾਜ ਦੇ ਵਿੱਚ ਹੋ ਰਹੇ ਜ਼ੁਲਮ ਦੇ ਖਿਲਾਫ ਲੜੇਗਾ, ਜੇਕਰ ਸਮਾਜ ਵਿੱਚ ਸ਼ਾਂਤੀ ਆ ਤਾਂ ਫਿਰ ਉਹ ਆਪਣੇ ਅੰਦਰ ਬੈਠੇ ਪੰਜ ਵੈਰੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਨਾਲ ਲੜੇਗਾ। ਵਾਹਿਗੁਰੂ ਜੀ, ਈਸਾ ਮਸੀਹ ਦੇ 13 ਚੇਲੇ ਸਨ। ਜਦੋਂ ਈਸਾ ਮਸੀਹ ਨੂੰ ਸੂਲੀ ਤੇ ਚੜ੍ਹ ਲੱਗੇ ਤਾਂ ਜਲਾਦਾ ਨੇ ਪੁੱਛਿਆ, ਤੁਸੀਂ ਈਸਾ ਮਸੀਹ ਦੇ ਚੇਲੇ ਹੋ? 13 ਮੰਨ ਗਏ ਕਿ ਅਸੀਂ ਈਸਾ ਮਸੀਹ ਦੇ ਚੇਲੇ ਹਾਂ। ਜਲਾਦਾ ਨੇ ਆਖਿਆ ਕਿ ਤੁਹਾਡੇ ਤੋਂ ਪਹਿਲਾਂ ਚਲੋ ਇਹਨਾਂ ਨੂੰ ਸੂਲੀ ਚਾੜ੍ਹਦੇ ਹਾਂ। ਤਾਂ ਉਹ 13 ਦੇ 13 ਜਿਹੜੇ ਚੇਲੇ ਸੀ ਈਸਾ ਮਸੀਹ ਦੇ ਉਹ ਮੁੱਕਰ ਗਏ। ਜਦੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕਰ ਲੱਗੇ ਸਨ ਚਾਂਦਨੀ ਚੌਂਕ ਦੇ ਵਿੱਚ, ਤਾਂ ਉਹਨਾਂ ਦੇ ਨਾਲ ਉਹਨਾਂ ਦੇ 3 ਗੁਰਸਿੱਖ ਸਨ, ਭਾਈ ਸਤੀ ਦਾਸ ਜੀ, ਭਾਈ ਮਤੀ ਦਾਸ ਜੀ, ਭਾਈ ਦਿਆਲਾ ਜੀ। ਤਾਂ ਉਹਨਾਂ ਨੂੰ ਪੁੱਛਿਆ ਕਿ ਹਾਂ ਜੀ, ਤੁਸੀਂ ਕੌਣ ਜੇ? ਅਤੇ ਉਹਨਾਂ ਨੇ ਆਖਿਆ ਕਿ ਅਸੀਂ ਗੁਰੂ ਤੇਗ ਬਹਾਦਰ ਜੀ ਦੇ ਸਿੱਖ ਹਾਂ। ਤਾਂ ਗੁਰੂ ਤੇਗ ਬਹਾਦਰ ਜੀ ਨੂੰ ਪੁੱਛਿਆ ਵੀ ਇਹ ਕੌਣ ਨੇ? ਉਹਨਾਂ ਨੇ ਆਖਿਆ ਕਿ ਇਹ ਮੇਰੇ ਜਾਨ ਤੋਂ ਪਿਆਰੇ ਸਿੱਖ ਨੇ। ਤਾਂ ਜਲਾਦਾਂ ਨੇ ਆਖਿਆ, ਤੁਹਾਡੇ ਤੋਂ ਪਹਿਲਾਂ ਅਸੀਂ ਇਹਨਾਂ ਨੂੰ ਸ਼ਹੀਦ ਕਰਾਂਗੇ। ਤਾਂ ਉਹਨਾਂ ਨੇ ਸੀ ਨਹੀਂ ਕੀਤੀ। ਭਾਈ ਦਿਆਲਾ ਜੀ ਨੂੰ ਦੇਗ 'ਚ ਉਬਾਲਿਆ ਗਿਆ, ਭਾਈ ਸਤੀ ਦਾਸ ਜੀ ਨੂੰ ਰੂਹ 'ਚ ਲਵੇੜ ਕੇ ਸਾੜ ਦਿੱਤਾ ਗਿਆ ਅਤੇ ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰਿਆ ਗਿਆ। ਇਸ ਤੋਂ ਕਹਾਵਤ ਬਣੀ ਹੈ, ਨਾ 3 ਚੋਂ ਨਾ 13 ਚੋਂ। ਵਾਹਿਗੁਰੂ ਜੀ, ਅਸੀਂ ਇੱਕ ਗੱਲ ਬੜੀ ਸੁਣੀ ਆ, ਜੇਕਰ ਕਿਸੇ ਨੂੰ ਅੰਮ੍ਰਿਤ ਛਕਣ ਬਾਰੇ ਕਹਿ ਦਈਏ ਤਾਂ ਅੱਗੋਂ ਜਵਾਬ ਆਉਂਦਾ ਹੈ ਉਹ ਦਿਲ ਸਾਫ਼ ਹੋਣਾ ਚਾਹੀਦਾ ਹੈ। ਅੰਮ੍ਰਿਤ ਛਕਿਆ ਹੋਵੇ ਨਾ ਛਕਿਆ ਹੋਵੇ, ਇਸ ਦੀ ਕੋਈ ਗੱਲ ਨਹੀਂ। ਵਾਹਿਗੁਰੂ ਜੀ, ਅੰਮ੍ਰਿਤ ਛਕ ਕੇ ਗੁਰਬਾਣੀ ਪੜ੍ਹ ਕੇ ਹੀ ਇਸ ਮਨ ਦੀ ਜਿਹੜੀ ਮੈਲ ਉਹ ਘੱਟ ਕੀਤੀ ਜਾ ਸਕਦੀ ਹੈ। ਗੁਰੂ ਦੀ ਮਰਿਆਦਾ 'ਤੇ ਚੱਲ ਕੇ ਅਸੀਂ ਗੁਰੂ ਦੇ ਪਿਆਰੇ ਬਣ ਜਾਂਦੇ ਹਨ ਅਤੇ ਗੁਰੂ ਸਾਡੇ 'ਤੇ ਤਰੁੱਠਦਾ ਹੈ, ਗੁਰੂ ਸਾਡੇ 'ਤੇ ਕਿਰਪਾ ਕਰਦਾ ਹੈ ਅਤੇ ਜਨਮ ਜਨਮਾਂਤਰਾਂ ਦੀ ਮੈਲ ਜਿਹੜੀ ਇਸ ਮਨ ਨੂੰ ਲੱਗੀ ਹੁੰਦੀ ਹੈ ਉਹ ਘੱਟ ਹੋਣੀ ਸ਼ੁਰੂ ਹੁੰਦੀ ਹੈ ਅਤੇ ਇਨਸਾਨ ਦੇ ਹਾਵ ਭਾਵ, ਬੈਠਣ ਉੱਠਣ ਦੇ ਤਰੀਕੇ ਤੋਂ ਇਹ ਸਭ ਕੁਝ ਨਜ਼ਰ ਆਉਣ ਲੱਗ ਪੈਂਦਾ ਹੈ। ਕਿਉਂਕਿ ਗੁਰੂ ਜੀ ਫਰਮਾਉਂਦੇ, ਮੈਨੂੰ ਸਿੱਖ ਪਿਆਰਾ ਨਹੀਂ, ਸਿੱਖ ਤੋਂ ਪਹਿਲਾਂ ਰਹਿਤ ਪਿਆਰੀ। ਸੋ ਆਓ ਵਾਹਿਗੁਰੂ ਜੀ, ਅੰਮ੍ਰਿਤ ਛੱਕ ਕੇ ਗੁਰਬਾਣੀ ਪੜ੍ਹੀਏ, ਸੁਣੀਏ, ਵਿਚਾਰੀਏ ਅਤੇ ਗੁਰਮਰਿਆਦਾ 'ਤੇ ਚੱਲਣ ਦੀ ਕੋਸ਼ਿਸ਼ ਕਰੀਏ ਅਤੇ ਆਪਣਾ ਜੀਵਨ ਸਫਲ ਕਰੀਏ। ਕਿਉਂਕਿ ਗੁਰੂ ਜੀ ਫਰਮਾਉਂਦੇ ਹਨ, ਆਵਣ ਜਾਣਾ ਹੁਕਮ ਤਿਸੇ ਕਾ, ਹੁਕਮੇ ਬੂਝ ਸਮਾਵੇਂਗੇ, ਬਾਹਰ ਹਮ ਕਾਹੇ ਆਵੇਂਗੇ। ਵਾਹਿਗੁਰੂ ਜੀ, ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਇਹ ਚਰਚਾ ਬੜੀ ਛਿੜੀ ਹੈ ਕਿ ਭਗਤ ਸਿੰਘ ਨੌਜਵਾਨਾਂ ਦਾ, ਸਿੰਘਾਂ ਦਾ ਆਈਡਲ ਹੈ, ਪਰ ਗੁਰਬਾਣੀ ਅਨੁਸਾਰ ਸਿੰਘਾਂ ਦਾ ਆਈਡਲ ਜਿਹੜਾ ਵਾ ਉਹ ਕੌਣ ਹੋ ਸਕਦਾ ਹੈ? ਗੁਰਬਾਣੀ ਅਨੁਸਾਰ ਇੱਕ ਸੱਚਾ ਸੰਤ ਸਿਪਾਹੀ ਜਿਹੜਾ ਹੈ ਉਹ ਸਿੱਖਾਂ ਦਾ, ਸਿੰਘਾਂ ਦਾ ਆਈਡਲ ਹੋ ਸਕਦਾ ਹੈ। ਹੁਣ ਭਗਤ ਸਿੰਘ ਬਾਰੇ ਝਾਤੀ ਮਾਰੀਏ ਤਾਂ ਇਹ ਸਿਪਾਹੀ ਤਾਂ ਚਲੋ ਹੋ ਸਕਦਾ ਹੈ, ਪਰ ਇਹ ਸੰਤ ਨਹੀਂ ਹੈ, ਇਸਨੇ ਅੰਮ੍ਰਿਤ ਨਹੀਂ ਛਕਿਆ, ਸੋ ਇਸ ਕਰਕੇ ਇਹ ਸਿੱਖਾਂ ਦਾ ਆਈਡਲ ਨਹੀਂ ਹੈ। ਇੱਕ ਸੱਚੇ ਸਿੰਘ ਦਾ ਆਈਡਲ ਹੈ ਜੋ ਸੰਪੂਰਨ ਸੰਤ ਸਿਪਾਹੀ ਹੈ, ਜਿਸ ਨੇ ਗੁਰਬਾਣੀ ਪੜ੍ਹ ਕੇ ਸੰਤਾਂ ਵਾਲੀ ਬੁੱਧੀ ਲਈ ਹੈ ਅਤੇ ਲੋੜ ਪੈਣ 'ਤੇ ਉਹ ਹਥਿਆਰ ਚੁੱਕ ਕੇ ਸਿਪਾਹੀ ਵੀ ਸੱਚਾ ਬਣਿਆ ਹੈ ਅਤੇ ਸ਼ਹੀਦੀ ਪ੍ਰਾਪਤ ਕੀਤੀ ਹੈ। ਸੰਗਤ ਜੀ, ਇਸ ਦੀ ਉਦਾਹਰਣ ਗੁਰੂ ਨਾਨਕ ਦੇਵ ਜੀ ਨੇ ਜਪਜੀ ਸਾਹਿਬ ਦੇ ਪਾਠ ਦੇ ਵਿੱਚ ਦਿੱਤੀ ਹੈ। ਗੁਰੂ ਜੀ ਫਰਮਾਉਂਦੇ ਹਨ, ਜੇ ਯੁੱਗ ਚਾਰੇ ਯਾਰ ਜਾਂ ਹੋਰ ਦਸੂਨੀ ਹੋਏ, ਕਿ ਜੇਕਰ ਤੇਰੀ ਉਮਰ 4 ਯੁੱਗਾਂ ਜਿੰਨੀ ਹੋਵੇ, ਇਸ ਤੋਂ ਵੀ ਦੂਣੀ ਹੋ ਜਾਏ। ਵਾਹਿਗੁਰੂ ਜੀ, ਗੁਰੂ ਰਾਮਦਾਸ ਜੀ ਦੇ ਜਨਮ ਦਿਹਾੜੇ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਜੀ। ਵਾਹਿਗੁਰੂ ਜੀ, ਗੁਰੂ ਰਾਮਦਾਸ ਜੀ ਦਾ ਜਨਮ 24 ਸਪਤੰਬਰ 1534 ਈਸਵੀ ਨੂੰ ਪਿਤਾ ਹਰੀਦਾਸ ਜੀ ਅਤੇ ਮਾਤਾ ਦਇਆ ਜੀ ਦੇ ਘਰ ਚੂਨਾ ਮੰਡੀ ਲਾਹੌਰ ਵਿਖੇ ਹੋਇਆ। ਛੋਟੀ ਉਮਰੇ ਹੀ ਜਦੋਂ ਗੁਰੂ ਰਾਮਦਾਸ ਜੀ, ਭਾਈ ਜੇਠਾ ਜੀ 7 ਸਾਲ ਦੇ ਹੁੰਦੇ ਹਨ ਤਾਂ ਉਹਨਾਂ ਦੇ ਮਾਤਾ ਪਿਤਾ ਦਾ ਸਾਇਆ ਉਹਨਾਂ ਦੇ ਸਿਰ ਤੋਂ ਉੱਠ ਜਾਂਦਾ ਹੈ। ਇਸ ਤੋਂ ਬਾਅਦ ਉਹਨਾਂ ਦੇ ਨਾਨਕੇ, ਉਹਨਾਂ ਦੀ ਨਾਨੀ ਜੀ ਉਹਨਾਂ ਨੂੰ ਲੈ ਆਉਂਦੇ ਹਨ। ਉੱਥੇ ਉਹ ਘੁੰਗਣੀਆਂ ਵੇਚਣ ਦਾ ਕੰਮ ਕਰਦੇ ਹਨ ਅਤੇ ਆਪਣਾ ਗੁਜ਼ਾਰਾ ਕਰਦੇ ਹਨ। ਇੱਕ ਵਾਰੀ ਸ੍ਰੀ ਗੁਰੂ ਅਮਰਦਾਸ ਜੀ ਦੇ ਨਿਗਾਹ ਗੁਰੂ ਰਾਮਦਾਸ ਜੀ, ਭਾਈ ਜੇਠਾ ਜੀ ਉਹ ਚੜ੍ਹ ਜਾਂਦੇ ਹਨ। ਗੁਰੂ ਅਮਰਦਾਸ ਜੀ ਦੀ ਮਿਹਰ ਭਰੀ ਨਿਗਾਹ ਭਾਈ ਜੇਠਾ ਜੀ 'ਤੇ ਪੈਂਦੀ ਹੈ ਤਾਂ ਉਹ ਭਾਈ ਜੇਠਾ ਤੋਂ
ਗੁਰੂ ਰਾਮਦਾਸ ਜੀ ਬਣ ਜਾਂਦੇ ਹਨ। ਐਸੇ ਦੀਨ ਦੁਨੀਆ ਦੇ ਮਾਲਕ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਉਤਸਵ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਜੀ। ਵਾਹਿਗੁਰੂ ਜੀ, ਬਚਪਨ ਤੋਂ ਇੱਕ ਕਹਾਵਤ ਸੁਣਦੇ ਆ ਰਹੇ ਹਾਂ ਕਿ ਦਾਤਰੀ ਦੇ ਇੱਕ ਪਾਸੇ ਦੰਦੇ ਹੁੰਦੇ ਹਨ ਅਤੇ ਇਸ ਦੁਨੀਆ ਦੇ, ਇਸ ਜਹਾਨ ਦੇ ਦੋਵੇਂ ਪਾਸੇ। ਵਾਹਿਗੁਰੂ ਜੀ, ਇੱਕ ਗਰੀਬ ਅੰਮ੍ਰਿਤਧਾਰੀ ਬੰਦੇ ਨੂੰ ਦੁਨੀਆ ਕਹਿੰਦੀ ਹੈ, ਉਹ ਕੋਈ ਕੰਮ ਧੰਦਾ ਕਰ ਲਾ ਅਤੇ ਕੋਈ ਤਗੜਾ ਅਮੀਰ ਬਣ ਜਾ, ਅਤੇ ਅਮੀਰ ਅੰਮ੍ਰਿਤਧਾਰੀ ਬੰਦੇ ਨੂੰ ਕਹਿੰਦੀ ਹੈ ਕਿ ਇਹ ਸੰਗਤ ਦੇ ਪੈਸੇ ਨਾਲ ਗੱਡੀਆਂ 'ਤੇ ਚੜ੍ਹੇ ਫਿਰਦੇ ਹਨ। ਇਸੇ ਕਰਕੇ ਵਾਹਿਗੁਰੂ ਜੀ, ਗੁਰੂ ਜੀ ਵੀ ਫਰਮਾਉਂਦੇ ਹਨ ਕਿ ਜੇ ਕੋ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ।